वीर जी, अजकल पंजाब दे विच ना मुद्दे बहुत फके हुए ने, बहुत चर्चा चलदियां ने, खास करके पंथ नू लैके, सिख कौम नू लैके। एक मुद्दा बहुत चर्चित होया पिया है जी, पंजाब दी जिहड़ी नौजवानी आ उह नशे दे विच गलतान होई पई है। उहनां नू नशे तों रोक के, या नशे तों उहनां नू कह लो कि उहनां नू बचा के सिक्खी वल प्रेरित कीता जा रिहा है। इस दे विच काफी जथेबंदियां काम कर रहियां ने। ਤੁਸੀਂ ਆਪਣਾ ਸਹਿਯੋਗ ਕਿਹੜੀ ਜਥੇਬੰਦੀ ਨੂੰ ਦੇ ਰਹੇ ਹੋ ਇਸ ਕੰਮ ਦੇ ਵਿੱਚ, ਜਾਂ ਤੁਸੀਂ ਖੁਦ ਜ਼ਮੀਨੀ ਪੱਧਰ ਤੇ ਕੀ ਇਸ ਨਸ਼ਾ ਰੋਕੂ ਮੁਹਿੰਮ ਵਾਸਤੇ ਕਰ ਰਹੇ ਹੋ? ਥੋੜਾ ਜਿਹਾ ਚਾਨਣਾ ਪਾਓ ਸਾਡੇ ਦਰਸ਼ਕਾਂ ਨੂੰ। देखो मैं जी, नशे वास्ते जिहड़ा पंथ है वह तो हमेशा ही जिहड़ा साडा सिख पंथ है ना वह तो नशे नूं नकारदा रहा है। और इस तों इलावा साडे अमृतसर साहब ते तरन तारण साहब दीआं जथेबंदियां ने जदों बहुत ज़्यादा प्रोटेस्ट किया ते उस तों बाद जदों पुलिस ने कोई कार्रवाइयां ना कीतियां ते अज तों 3 साल पहलों फिर पिंडां दे विच जिहड़े जिहड़े सौदागर सीगे वेचण वाले जिहड़े छोटे लैवल दे उहनां नूं फड़ के ते पुलिस कोलों फड़ाया जांदा सीगा। ਉਹਨਾਂ ਨੂੰ ਫੜਾਇਆ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਕੀ ਹੋਇਆ ਵੀ ਜਿਹੜੀ ਪੁਲਿਸ ਜੋ ਵੀ ਕਾਰਵਾਈ ਕਰਦੀ ਸੀਗੀ ਪੁਲਿਸ ਫਿਰ ਇਹ ਕਹਿਣਾ ਸ਼ੁਰੂ ਹੋ ਗਈ ਕਿ ਤੁਸੀਂ ਇਹਨਾਂ ਨੂੰ ਨਾ ਫੜੋ, ਇਹ ਤੁਸੀਂ ਕਾਨੂੰਨ ਹੱਥ 'ਚ ਲੈਂਦੇ ਹੋ। ਜਦ ਕਿ ਸਾਨੂੰ ਇਹ ਲੱਗਦਾ ਸੀਗਾ ਵੀ ਕਿਤੇ ਨਾ ਕਿਤੇ ਪੁਲਿਸ ਜਿਹੜੀ ਉਹਨਾਂ ਨੂੰ ਫੜਨਾ ਨਹੀਂ ਸੀ ਚਾਹੁੰਦੀ ਵੀ ਜਾਂ ਉਹਨਾਂ ਨੂੰ ਉੱਤੋਂ ਕੋਈ ਆਰਡਰ ਹੋਣਗੇ। ਹੁਣ ਰੀਸੈਂਟਲੀ ਭੈਣ ਜੀ ਤੁਸੀਂ ਇੱਕ ਫਿਲਮ ਵੇਖੀ ਹੋਊਗੀ ਕੈਟ, ਕੈਟ ਫਿਲਮ ਦੇ ਵਿੱਚ ਇਹ ਨਸ਼ੇ ਬਾਰੇ ਹੀ ਸਾਰਾ ਵਿਖਾਇਆ ਗਿਆ ਵਾ ਕਿ ਕਿਵੇਂ ਇੱਕ ਨਸ਼ੇ ਦਾ ਸੌਦਾਗਰ ਹੁੰਦਾ ਆ, ਇੱਕ ਆਪਣਾ ਰਾਜਨੀਤਿਕ ਲੋਕ ਹੁੰਦੇ ਆ ਤੇ ਇੱਕ ਪੁਲਿਸ ਹੁੰਦੀ ਹੈ। ਇਹ ਤਿੰਨੇ ਜਾਣੇ ਰਲ ਕੇ ਕਿਵੇਂ ਇਹ ਚੀਜ਼ ਕਰਦੇ ਆ। ਦੇਖੋ ਨਸ਼ਾ ਇੱਕ ਹੁੰਦੀ ਆ ਸਰਕਾਰੀ ਨਸ਼ਾ ਜਿਹਨੂੰ ਆਪਾਂ ਸ਼ਰਾਬ ਕਹਿ ਦਿੰਦੇ ਆ, ਜਿਹਨੂੰ ਆਪਾਂ ਸਿੰਥੈਟਿਕ ਨਸ਼ਾ ਜਿਵੇਂ ਆਪਾਂ ਦਵਾਈਆਂ ਦੇ ਵਿੱਚ ਕਹਿ ਦਿੰਦੇ ਆ, ਜਿਵੇਂ ਕੋਈ ਪ੍ਰੋਕਸੀਵਨ ਦੇ ਕੈਪਸੂਲ ਆਉਂਦੇ ਸੀਗੇ ਜਾਂ ਟਰਾਮਾਡੋਲ ਦੀਆਂ ਗੋਲੀਆਂ ਆਉਂਦੀਆਂ ਸੀਗੀਆਂ, ਇੱਕ ਇਹ ਨਸ਼ਾ ਸੀਗਾ ਜਿਹੜਾ ਸਰਕਾਰੀ ਨਸ਼ਾ। ਜੀ ਇਹ ਸੈਮੀ ਸਰਕਾਰੀ ਸੀਗੇ ਤੇ ਇੱਕ ਚਿੱਟਾ ਹੈ ਜਿਹਦੇ ਆਂਕੜੇ ਕੋਈ ਨਹੀਂ ਗੇ। ਬਿਲਕੁਲ ਹਾਂਜੀ, ਤੇ ਇਹ ਮਤਲਬ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਵਾਸਤੇ ਇਹ ਚੀਜ਼ਾਂ ਹੋ ਰਹੀਆਂ ਨੇ। ਔਰ ਜੇ ਤੁਸੀਂ ਦੇਖੋਗੇ ਵੀ ਇਹ ਜਿਹੜੇ ਚਿੱਟੇ ਵਰਗੇ ਨਸ਼ੇ ਹੈ ਨਾ ਤੁਹਾਨੂੰ ਪੰਜਾਬ ਤੋਂ ਬਾਹਰ ਨਹੀਂ ਕਿਤੇ ਲੱਭਣਗੇ। ਤੁਸੀਂ ਰਾਜਸਥਾਨ ਚਲੇ ਜਾਓ ਜਾਂ ਤੁਸੀਂ ਆਪਣਾ ਹਰਿਆਣੇ ਚਲੇ ਜਾਓ, ਦਿੱਲੀ ਚਲੇ ਜਾਓ, ਇਹ ਨਸ਼ਾ ਨਹੀਂ ਤੁਹਾਨੂੰ ਲੱਭੇਗਾ। ਦੇਖੋ ਕਿੰਨੀ ਵਾਰੀ ਗੁਜਰਾਤ ਦੀ ਬੰਦਰਗਾਹ ਦੇ ਉੱਤੋਂ ਇਹ ਨਸ਼ਾ ਫੜਿਆ ਜਾਂਦਾ ਰਿਹਾ, ਉਹ ਗੁਜਰਾਤ ਤੋਂ ਸਿੱਧਾ ਪੰਜਾਬ ਹੀ ਆਉਂਦਾ, ਕਿਤੇ ਰਸਤੇ 'ਚ ਨਹੀਂ ਰੁਕਦਾ। ਸੋ ਮੇਰਾ ਮੰਨਣਾ ਹੈ ਵੀ ਇਹ ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ ਇਹ ਜਿਹੜੇ ਨਸ਼ੇ ਹੈ ਨਾ ਇਹ ਸਰਕਾਰਾਂ ਦੀ ਜਿਹੜੀ ਮਿਲੀ ਭੁਗਤ ਦੇ ਨਾਲ ਵਿਕਦੇ ਆ। ਓਕੇ ਠੀਕ ਜੇਕਰ ਹੈ। ਸਰਕਾਰ ਦੀ ਮਨਸ਼ਾ ਹੋਵੇ, ਦੇਖੋ ਜੇ ਜੀ ਸਰਕਾਰ ਦੀ ਮਨਸ਼ਾ ਹੋਵੇ ਨਾ ਇਹਨੂੰ ਰੋਕਣ ਦੀ ਤੇ ਸਰਕਾਰ 2-4 ਦਿਨਾਂ ਦੇ ਵਿੱਚ ਹੀ ਇਹ ਚੀਜ਼ਾਂ ਨੂੰ ਰੋਕ ਸਕਦੀ ਹੈ। ਤੁਸੀਂ ਇੱਕ ਚੀਜ਼ ਵੇਖੀ ਹੋਣੀ ਆ ਵੀ ਆ ਪਿਛਲੇ ਦਿਨੀ ਲੁਧਿਆਣੇ ਇੱਕ ਫੋਰਨਰ ਆਇਆ ਤੇ ਉਹਦਾ ਮੋਬਾਈਲ ਚੋਰਾਂ ਨੇ ਖੋਹ ਲਿਆ। ਉਹਨੇ ਲੁਧਿਆਣੇ ਪੇਸ਼ ਹੋ ਕੇ ਸੀਨੀਅਰ ਅਫਸਰ ਨੂੰ ਆਪਣੀ ਜਿਹੜੀ ਇਹ ਦਾਸਤਾਨ ਦੱਸੀ ਵੀ ਮੇਰਾ ਮੋਬਾਈਲ ਤੁਹਾਡੇ ਦੇਸ਼ ਦੇ ਵਿੱਚ ਲੁਧਿਆਣੇ ਆ ਕੇ ਚੋਰੀ ਹੋ ਗਿਆ ਤੇ 48 ਘੰਟਿਆਂ ਦੇ ਵਿੱਚ ਪੁਲਿਸ ਨੇ 2 ਬੰਦੇ ਅਰੈਸਟ ਕਰ ਲਏ ਤੇ ਜਿਹੜੇ ਆਮ ਨਾਗਰਿਕ ਆ ਉਹਨਾਂ ਦੇ ਡੇਲੀ ਕੋਈ ਨਾ ਕੋਈ ਚੈਨ ਖੋਹ ਕੇ ਲੈ ਜਾਂਦਾ, ਕੋਈ ਮੋਬਾਈਲ ਖੋਹ ਕੇ ਲੈ ਜਾਂਦਾ, ਉਹ ਬੰਦੇ ਨਹੀਂ ਫੜੇ ਜਾਂਦੇ। ਇੱਥੇ ਕਿਤੇ ਨਾ ਕਿਤੇ ਮਨਸ਼ਾ ਜਿਹੜੀ ਹੈ ਨਾ ਉਹ ਪੁਲਿਸ ਦੀ ਜਾਂ ਸਰਕਾਰਾਂ ਦੀ ਮਨਸ਼ਾ ਆ ਕਿ ਜੇ ਉਹ ਚਾਹੁਣ ਤੇ ਉਹ ਚੀਜ਼ਾਂ ਰੋਕ ਸਕਦੇ, ਜੇ ਨਹੀਂ ਚਾਹੁਣ ਤੇ ਨਹੀਂ ਰੋਕ ਸਕਦੇ। ਬਿਲਕੁਲ ਇਸ ਗੱਲ ਨਾਲ ਅਸੀਂ ਤੁਹਾਡੇ ਨਾਲ ਮੈਂ ਸਹਿਮਤ ਹਾਂ ਜੀ। ਦੇਖਿਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਸਰਕਾਰ ਕੁਝ ਹੁਕਮਰਾਨ ਕਹਿ ਸਕਦੇ ਹਾਂ, ਤੇ ਪੁਲਿਸ ਮਹਿਕਮਾ ਕਿਤੇ ਨਾ ਕਿਤੇ ਇਹਦੇ ਵਿੱਚ ਕਹਿ ਸਕਦੇ ਹਾਂ ਕਿ ਯੋਗਦਾਨ ਵੀ ਪਾਉਂਦਾ ਹੈ। ਔਰ ਕੁਝ ਐਸੇ ਵੀ ਹੈਗੇ ਨੇ ਕਿ ਜਿਹੜੇ ਵੀਰ ਭਰਾ ਇਸ ਚੀਜ਼ ਤੋਂ ਬਚਾਉਣ ਦੀ ਕੋਸ਼ਿਸ਼ ਵੀ ਕਰਦੇ ਨੇ, ਪਰਿਵਾਰਾਂ ਦੇ ਪਰਿਵਾਰ ਉੱਜੜੇ ਵੀ ਨੇ, ਇਹਦੇ ਵਿੱਚ ਕੋਈ ਦੋ ਰਾਇ ਨਹੀਂ, ਆਪਾਂ ਅੰਕੜਾ ਵੀ ਦੇਖਿਆ ਹੈ। ਹੁਣ ਜਿਹੜੀ ਨਸ਼ਾ ਰੋਕੂ ਮੁਹਿੰਮ ਚਲਾਈ ਗਈ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਵੱਲੋਂ, ਖਾਲਸਾ ਵਹੀਰ ਅੰਮ੍ਰਿਤ ਸੰਚਾਰ ਕਰਾ ਰਹੇ ਨੇ, ਉਸ ਦੇ ਉੱਤੇ ਵੀ ਅੰਕੁਸ਼ ਲਗਾਇਆ ਜਾ ਰਿਹਾ, ਉਸ ਨੂੰ ਵੀ ਇੱਕ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਕੁਝ ਆਪਣੀਆਂ ਹੀ ਜਥੇਬੰਦੀਆਂ ਉਹਨਾਂ ਦੇ ਖਿਲਾਫ ਵੀ ਹੈਗੇ ਨੇ, ਤੁਸੀਂ ਉਹਨੂੰ ਕਿਸ ਪੱਖ ਨਾਲ ਦੇਖ ਰਹੇ ਹੋ? ਤੁਸੀਂ ਉਹਨਾਂ ਦੇ ਹੱਕ ਦੇ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ, ਜਾਂ ਤੁਸੀਂ ਉਹਨਾਂ ਦੇ ਵਿਚਾਰਧਾਰਾ ਤੇ ਥੋੜਾ ਜਿਹਾ ਕਿੰਤੂ ਪਰੰਤੂ ਕਰਨਾ ਚਾਹੋਗੇ? ਦੇਖੋ ਭੈਣ ਜੀ, ਜਿਹੜਾ ਵੀ ਪੰਥ ਦੀ ਗੱਲ ਕਰਦਾ ਹੈ ਨਾ, ਚਾਹੇ ਉਹ ਜੀ ਕੋਈ ਹੋਵੇ, ਚਾਹੇ ਅੰਮ੍ਰਿਤਪਾਲ ਹੋਵੇ ਜਾਂ ਉਸ ਤੋਂ ਇਲਾਵਾ ਕੋਈ ਵੀ ਹੋਵੇ, ਮੈਂ ਉਹਦੇ ਹੱਕ 'ਚ ਹਾਂ। ਜਿਹੜਾ ਜੀ ਬੰਦਾ ਕੋਈ ਨਸ਼ੇ ਛਡਾਉਣ ਦੀ ਗੱਲ ਕਰਦਾ ਆ,
ਨਸ਼ੇ ਵੇਚਣ ਵਾਲਿਆਂ ਨੂੰ ਫੜ ਕੇ ਟੰਗਣ ਦੀ ਗੱਲ ਕਰਦਾ ਆ। ਮੈਂ ਹਰ ਉਸ ਇਨਸਾਨ ਦੇ ਜਿਹੜਾ ਨਸ਼ੇ ਦੇ ਖਿਲਾਫ ਆ ਤੇ ਪੰਥ ਦੇ ਹੱਕ ਦੇ ਵਿੱਚ ਆ, ਮੈਂ ਹਮੇਸ਼ਾ ਹੀ ਉਹਦੇ ਨਾਲ ਆ ਜੀ, ਚਾਹੇ ਅੰਮ੍ਰਿਤਪਾਲ ਆ ਤੇ ਚਾਹੇ ਕੋਈ ਹੋਰ ਵੀ ਹੋਵੇ। ਠੀਕ ਹੈ। ਜਿਸ ਤਰ੍ਹਾਂ ਹੁਣ ਦੇਖੋ ਇਹ ਕੰਮ ਬਹੁਤ ਜਿਹੜੇ ਨੇ ਵੱਡੇ ਜੀ। ਇੱਕ ਕੇਸ, ਹਾਂਜੀ 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 ਦੱਸੋ। ਬੜਾ ਇੱਕ ਵੱਡਾ ਕੇਸ ਵੀ ਚੱਲਿਆ, ਜਿਹੜੇ ਆਪਣੇ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ, ਉਹਨਾਂ ਨੂੰ ਨਸ਼ੇ ਦੇ ਹਾਂਜੀ ਵਿੱਚ ਉਹਨਾਂ ਨੂੰ ਅੰਦਰ ਅਰੈਸਟ ਵੀ ਕੀਤਾ ਗਿਆ। ਉਹ ਕਾਫੀ ਦੇਰ ਜੇਲ੍ਹ 'ਚ ਵੀ ਰਹਿ ਕੇ ਆਏ ਆ। ਚਲੋ ਹਜੇ ਹੁਣ ਉਹਨਾਂ ਦੀ ਜ਼ਮਾਨਤ ਵੀ ਹੋ ਗਈ ਹੈ, ਅੱਗੋਂ ਕੇਸ ਦਾ ਦੇਖੋ ਕਿੱਧਰ ਦਾ ਜਾਂਦਾ ਕਿੱਧਰ ਨਹੀਂ ਜਾਂਦਾ। ਲੇਕਿਨ ਕਿਤੇ ਨਾ ਕਿਤੇ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਸਿੱਧੇ ਸਿੱਧੇ ਤੌਰ ਤੇ ਬਿਕਰਮਜੀਤ ਮਜੀਠੀਆ ਉੱਤੇ ਇਹ ਦੋਸ਼ ਵੀ ਲਾਉਂਦੇ ਨੇ, ਜਿਹਦੇ ਵਿੱਚ ਇੱਕ ਨਾਮ ਆਉਂਦਾ ਜੀ ਰਮਨਦੀਪ ਕੌਰ ਮਰਖਾਈ ਮੈਡਮ ਦਾ। ਮੇਰੀ ਉਹਨਾਂ ਨਾਲ ਵੀ ਇੰਟਰਵਿਊ ਹੋਈ ਸੀ। ਉਹ ਸਿੱਧੇ ਤੌਰ ਤੇ ਬਿਕਰਮਜੀਤ ਸਿੰਘ ਮਜੀਠੀਆ ਤੇ ਇਹ ਤੁਹਮਤ ਲਾਉਂਦੇ ਨੇ ਕਿ ਚਿੱਟੇ ਦੇ ਉਹ ਵਪਾਰੀ ਨੇ, ਔਰ ਕਈ ਲੋਕਾਂ ਨਾਲ ਹੀ ਵਿਚਰੇ ਵੀ ਆ, ਉਹ ਵੀ ਕਹਿੰਦੇ ਨੇ ਕਿ ਅਸਲੀ ਚਿੱਟਾ ਜਿਹੜਾ ਉੱਥੋਂ ਚੱਲਦਾ ਹੈ। ਤੁਹਾਡੀ ਸੋਚ ਕੀ ਹੈ, ਕਿਉਂਕਿ ਇਲਾਕਾ ਤੁਹਾਡਾ ਵੀ ਉਹੀ ਹੈਗਾ ਹੈ, ਤੁਸੀਂ ਕੀ ਸੋਚਦੇ ਹੋ? ਦੇਖੋ ਭੈਣ ਜੀ, ਇਹ ਜਿਹੜੇ ਰਾਜਨੀਤਿਕ ਲੋਕ ਨੇ ਨਾ, ਇਹਨਾਂ ਤੋਂ ਬਿਨਾਂ ਇਹ ਕੰਮ ਨਹੀਂ ਹੋ ਸਕਦਾ। ਕੋਈ ਵੀ ਜਿਹੜਾ 2 ਨੰਬਰ ਦਾ ਕੰਮ ਹੈ ਨਾ, ਉਹ ਸਰਕਾਰ ਦੇ ਬੰਦੇ ਉਹਦੇ 'ਚ ਇਨਵੋਲਵ ਹੁੰਦੇ ਆ, ਤਾਂ ਹੀ ਉਹ ਕੰਮ ਚੱਲਦਾ ਆ। ਹੁਣ ਦੇਖੋ ਆਪਾਂ ਬਿਲਕੁਲ ਮੌਜੂਦਾ ਸਰਕਾਰ ਦੇ ਵਿੱਚ ਹੀ ਆਪਾਂ ਵੇਖ ਲੈਂਦੇ ਆ ਵੀ ਆ ਜਿਹੜੀ ਸ਼ਰਾਬ ਦੀ ਫੈਕਟਰੀ ਆ, ਇਹ ਲੋਕ ਇਲੈਕਸ਼ਨਾਂ 'ਚ ਕਿਤੇ ਨਾ ਕਿਤੇ ਇਹਨਾਂ ਨੂੰ ਮੋਟੇ ਫੰਡ ਜਿਹੜੇ ਦਿੰਦੇ ਆ ਤੇ ਫਿਰ ਉਹਨਾਂ ਕੋਲ ਸਰਕਾਰਾਂ ਕੋਲ ਆਪਣੇ ਕੰਮ ਕਢਵਾਉਂਦੇ ਆ। ਸੋ ਜੋ ਵੀ ਇਹ ਇਨਲੀਗਲ ਜਿਹੜੇ ਕੰਮ ਹੈ ਨਾ, ਇਹ ਸਰਕਾਰਾਂ ਆਪ ਹੀ ਕਰਾਉਂਦੀਆਂ ਨੇ। ਸਰਕਾਰਾਂ ਦੇ ਉਹ ਛਾਪੇ ਉਹਨਾਂ ਦੇ ਵੱਜਦੇ ਆ ਜਦੋਂ ਸਰਕਾਰਾਂ ਤੱਕ ਪੈਸਾ ਨਹੀਂ ਪਹੁੰਚਦਾ, ਮੰਤਰੀਆਂ ਤੱਕ, ਤੇ ਜਦੋਂ ਪੈਸਾ ਪਹੁੰਚ ਜਾਂਦਾ ਫਿਰ ਉਹ ਛਾਪੇ ਵੀ ਉਹ ਢਿੱਲੇ ਹੋ ਜਾਂਦੇ ਤੇ ਸਾਰਾ ਕੁਝ ਹੀ ਉਹਨਾਂ ਨੂੰ। ਮੈਂ ਪਿੱਛੇ ਇੱਕ SHO ਸਾਹਿਬ ਨੇ ਕੋਈ ਉਹਨਾਂ ਦੀ ਇੱਕ ਇੰਟਰਵਿਊ ਸੁਣਦਾ ਸੀਗਾ, ਰਿਟਾਇਰਡ SHO, ਉਹਨਾਂ ਨੇ ਸਾਫ ਸਾਫ ਨਾਂ ਲਿਆ ਕਿ ਜਿਹੜਾ ਅਕਾਲੀਆਂ ਦਾ ਲੀਡਰ ਸੀਗਾ ਤੋਤਾ ਸਿੰਘ, ਵੀ ਉਹ ਕਿਵੇਂ ਜਿਹੜੇ ਚਿੱਟੇ ਦੇ ਵਪਾਰੀਆਂ ਦੀ ਵੱਡੀ ਇੱਕ ਖੇਪ ਫੜੀ ਤੇ ਉਹ ਉਹਨੇ ਮਾਮਲੇ ਨੂੰ ਦੱਬਣਾ ਚਾਹਿਆ। ਫਿਰ ਉਹਨੇ ਇਹਨਾਂ ਦਾ ਵੀ ਜਿਹੜਾ ਇਹਨਾਂ ਦਾ ਸਰਪੰਚ ਸੀਗਾ ਰਾਣੋ ਸਰਪੰਚ ਜਿਹੜਾ, ਉਹਦੇ ਤਾਰ ਕਿਵੇਂ ਨਾਨਕਸਰ ਡੇਰੇ ਵਾਲੇ ਬਾਬੇ ਦੇ ਭਾਣਜੇ ਦੇ ਨਾਲ ਜੁੜਦੇ ਸੀਗੇ, ਉਹਨੇ ਆਪਣੀ ਇੰਟਰਵਿਊ ਦੇ ਵਿੱਚ ਕਿਹਾ ਵੀ ਉਹ ਡੇਰੇ ਦੇ ਵਿੱਚੋਂ ਹੀ ਜਿਹੜਾ ਚਿੱਟਾ ਬਰਾਮਦ ਕੀਤਾ ਗਿਆ ਤੇ ਸਰਕਾਰਾਂ ਦੇ ਇਸ਼ਾਰੇ ਦੇ ਉੱਤੇ ਜਿਹੜਾ ਕੈਪਟਨ ਦਾ OSD ਸੀਗਾ ਕੋਈ, ਸ਼ਾਇਦ ਉਹਨੇ ਨਾਂ ਵੀ ਲਿਆ ਗਿਆ, ਮੈਨੂੰ ਨਾਂ ਵਿਸਰ ਗਿਆ, ਉਹਦੇ ਕਹਿਣ ਤੇ ਮਾਮਲੇ ਨੂੰ ਦੱਬਿਆ ਗਿਆ। ਸੋ ਜਿਸ ਵੇਲੇ ਦੀ ਸਰਕਾਰ ਹੁੰਦੀ ਹੈ ਨਾ, ਬਲੈਕੀਏ ਜਿਹੜੇ ਹੁੰਦੇ ਵੇਚਣ ਵਾਲੇ ਉਹੀ ਹੁੰਦੇ ਨੇ, ਜਿਹੜੀ ਸਰਕਾਰ ਬਦਲ ਜਾਂਦੀ ਫਿਰ ਉਹ ਆਪਣਾ ਜਿਹੜਾ ਮਹੀਨਾ ਉਹਨਾਂ ਨੂੰ ਦੇਣਾ ਸ਼ੁਰੂ ਕਰ ਦਿੰਦੇ ਨੇ।